ਹਰਜੀਤ ਗਰੇ ਆਲ ਨੇ ਪਹਿਲਾਂ ਤੋਂ ਹੀ ਜਦੋਂ ਕਿਸਾਨ ਵਿਰੋਧੀ ਕਾਨੂੰਨ ਬਣੇ ਨੇ ਉਦੋਂ ਤੋਂ ਇਹਨੇ ਕਿਸਾਨਾਂ ਦਾ ਵਿਰੋਧ ਕੀਤਾ ਤੇ ਕਿਸਾਨਾਂ ਨੇ ਇਹਨੂੰ ਚੈਲੰਜ ਕੀਤਾ ਸੀ ਕਿ ਸਾਡੇ ਨਾਲ ਟੱਕਰ ਨਾ ਲੈ ਤੇ ਉਸ ਟੱਕਰ ਦਾ ਨਤੀਜਾ ਆ ਅਸੀਂ ਨੂੰ ਕਹਿੰਦੇ ਆ ਵੀ ਆਪਣੀ ਜਵਾਨ ਨੂੰ ਜਿਹੜਾ ਲਗਾਮ ਦੇ ਲਾਵੇ ਜਿਹੜਾ ਬੰਦਾ ਇਹ ਕਹਿ ਰਿਹਾ ਕਿ ਇਹ ਕਿਸਾਨ ਨਹੀਂ ਸੀ ਇਹ ਗੁੰਡੇ ਅੰਸਰ ਸੀ ਐ ਉੱਥੇ ਕਿਸਾਨ ਵੀ ਨਾਲ ਸੀ ਬੀਬੀਆਂ ਭੈਣਾ ਵੀ ਨਾਲ ਸੀ ਇਹਨਾਂ ਕਿਸਾਨਾਂ ਨੇ ਤੇ ਬੀਬੀਆਂ ਭੈਣਾਂ ਨੇ ਜਿਨ੍ਹਾਂ ਨੇ ਝੰਡੇ ਕਿਸਾਨੀ ਦੇ ਚੱਕੇ ਹੋਏ ਉਹਨਾਂ ਨੂੰ ਗੁੰਡਾ ਕਿਹਾ ਭੁੱਲ ਜਾ ਇਹ ਤੈਨੂੰ ਵੱਡਾ ਭੁਲੇਖਾ ਏ ਕਾਨੂੰਨ ਤਾਂ ਤੇਰੇ ਅਗਲੇ ਪਿਛਲੇ ਨੂੰ ਵੀ ਰੱਦ ਕਰਨੇ ਪੈਣਗੇ ਜੇ ਐਡਾ ਕਰਤੂਤ ਦਾ ਮਾਲਕ ਹੁੰਦਾ ਅੱਜ ਤੱਕ ਇਹਨੂੰ ਕੋਈ ਟਿਕਟਰ ਨਾਲ ਜਾ ਕੋਈ ਲੋਕ ਇਹਨੂੰ ਤਵੱਜੋ ਦਿੰਦੇ ਜਿੱਤ ਜਾਂਦਾ ਇੱਕ ਸਿੱਖ ਹੋਣ ਦੇ ਨਾਤੇ ਪੰਜਾਬੀ ਸਿੱਖਾਂ ਬਾਰੇ ਨਾ ਸੋਚੇ ਇਹੋ ਜਿਹਾ ਘੱਟੀਆਂ ਬੰਦਾ ਹੋਰ ਕਿਹੜਾ ਹੋ ਸਕਦਾ ਕਿਸਾਨੀ ਸੰਘਰਸ਼ ਨੂੰ ਜਿੱਥੇ 7 ਮਹੀਨੇ ਤੋਂ ਉੱਤੇ ਦਾ ਟਾਈਮ ਹੋ ਗਿਆ ਹੈ ਉੱਤੇ ਹੀ ਬੀਤੇ ਦਿਨੀ ਹਰਜੀਤ ਗਰੇਵਾਲ ਦੇ ਝੋਨਾ ਲਗਾਈ ਜਗ੍ਹਾ ਜਿਹੜੀ ਆ ਉਹ ਕਿਸਾਨਾਂ ਵੱਲੋਂ ਝੋਨਾ ਜਿਹੜਾ ਪੱਟ ਦਿੱਤਾ ਗਿਆ ਉਸ ਸਬੰਧ ਵਿੱਚ ਆਪਾਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਭਾਰਤੀ ਕਿਸਾਨ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਦੇ ਆਗੂਆਂ ਦੇ ਨਾਲ ਹਰਜੀਤ ਗਰੇਵਾਲ ਦਾ ਕੱਲ ਜਿਹੜਾ ਝੋਨਾ ਪੜ ਦਿੱਤਾ ਗਿਆ ਕੀ ਕਹੋਗੇ ਇਸ ਬਾਰੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਹਰਜੀਤ ਗਰੇਵਾਲ ਨੇ ਪਹਿਲਾਂ ਤੋਂ ਹੀ ਜਦ ਤੋਂ ਹੀ ਕਿਸਾਨ ਵਿਰੋਧੀ ਕਾਨੂੰਨ ਬਣੇ ਨੇ ਉਦੋਂ ਤੋਂ ਇਹਨੇ ਕਿਸਾਨਾਂ ਦਾ ਵਿਰੋਧ ਕੀਤਾ ਤੇ ਕਿਸਾਨਾਂ ਨੇ ਇਹਨੂੰ ਚੈਲੰਜ ਕੀਤਾ ਸੀ ਕਿ ਸਾਡੇ ਨਾਲ ਟੱਕਰ ਨਾ ਲੈ ਤੇ ਉਸ ਟੱਕਰ ਦਾ ਨਤੀਜਾ ਆ ਕਿ ਉਹਨਾਂ ਨੇ ਇੱਕ ਫੈਸਲਾ ਕੀਤਾ ਸੀ ਦੀ ਕੋਈ ਵੀ ਠੇਕੇ ਤੇ ਜ਼ਮੀਨ ਨਾ ਲਵੇ ਇਹਨੇ ਕਿਸੇ ਕਿਸਾਨ ਨੇ ਠੇਕੇ ਤੇ ਜ਼ਮੀਨ ਲਈ ਔਰ ਕਿਸਾਨਾਂ ਨੇ ਵਾਅਦਾ ਦਿੱਤੀ ਜਦੋਂ ਵਾਅਦਾ ਦਿੱਤੀ ਤਾਂ ਅੱਜ ਇਹਨੂੰ ਸ਼ਰਮ ਨਹੀਂ ਆਈ ਇਹ ਜਹ ਇਹ ਇਤਹੀ ਕਹਿਣੇ ਤੋਂ ਵੀ ਮਾੜਾ ਬੰਦਾ ਹੈ ਜਿਹੜਾ ਬੰਦਾ ਇਹ ਕਹਿ ਰਿਹਾ ਕਿ ਇਹ ਕਿਸਾਨ ਨਹੀਂ ਸੀ ਇਹ ਗੁੰਡੇ ਅੰਸਰ ਸੀ ਐ ਉੱਥੇ ਕਿਸਾਨ ਵੀ ਨਾਲ ਸੀ ਬੀਬੀਆਂ ਭੈਣਾ ਵੀ ਨਾਲ ਸੀ ਇਹਨਾਂ ਕਿਸਾਨਾਂ ਨੇ ਤੇ ਬੀਬੀਆਂ ਭੈਣਾਂ ਨੇ ਜਿਨ੍ਹਾਂ ਨੇ ਝੰਡੇ ਕਿਸਾਨੀ ਦੇ ਚੱਕੇ ਹੋਏ ਉਹਨਾਂ ਨੂੰ ਗੁੰਡਾ ਕਿਹਾ ਅਸੀਂ ਇਹਨੂੰ ਕਹਿੰਨੇ ਆ ਵੀ ਆਪਣੀ ਜਵਾਨ ਨੂੰ ਜਿਹੜਾ ਲਗਾਮ ਦੇ ਲਾਵੇ ਤੇ ਕਿਤੇ ਇਹ ਨਾ ਹੋਵੇ ਕਿਸਾਨਾਂ ਦਾ ਗੁੱਸਾ ਇੰਨਾ ਪਰਬਲ ਹੋ ਜਾਵੇ ਤੇ ਇਹਨੂੰ ਮੂੰਹ ਤੋਂ ਜਵਾਨ ਕੱਢਣੀ ਇਹ ਜਿਹੜੇ ਕੱਢ ਰਿਹਾ ਹੈ ਇਹਦੀ ਤੁਰੰਤ ਬੰਦ ਕਰਨ ਲਈ ਲੋਕ ਹਰਕਤ ਆ ਜਾਣਗੇ ਸੋ ਇਸ ਕਰਕੇ ਜੋ ਇਹ ਕਦੇ ਗੁੰਡੇ ਕਹਿੰਦਾ ਕਦੇ ਅਤਵਾਦੀ ਕਹਿੰਦਾ ਕਦੇ ਨਕਸ਼ਲਵਾੜੀ ਕਹਿੰਦਾ ਸੋ ਇਸ ਕਰਕੇ ਇਹਨੇ ਹਜੇ ਉਹ ਦੇਖੇ ਨਹੀਂ ਹੈ ਗੁੰਡਿਆਂ ਨੂੰ ਦੇਖ ਕੇ ਤਾਂ ਇਹ ਜਿੱਦਾਂ ਦਾ ਪਿਸ਼ਾਬ ਨਿਕਲ ਜਾਵੇ ਜਿਹੜਾ ਇਹ ਜੀਆਂ ਗੱਲਾਂ ਕਰ ਰਿਹਾ ਤੇ ਇਹ ਸਾਰੇ ਹੀ ਕਹਿ ਰਿਹਾ ਜੇ ਕਿਸਾਨਾਂ ਨੇ ਨਹੀਂ ਕੀਤਾ ਤਾਂ ਕਿਹਨੇ ਕੀਤਾ ਤੇ ਅੱਜ ਇੱਕ ਵਾਰ ਸੇ ਹੋਰ ਕਹਿ ਰਿਹਾ ਕਿ ਜਿਹੜੇ ਦਿੱਲੀ ਬੈਠੇ ਨੇ ਇਹ ਧੱਕੇ ਨਾਲ ਝਗਾਉਣਾ ਚਾਹੁੰਦੇ ਨੇ ਤੇ ਉਹ 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 ਕਿਸਾਨ ਨਹੀਂ ਹੈ ਤੇ ਇਹਨੂੰ ਕਿਸਾਨਾਂ ਨੇ ਜੇ ਸਮਝੇ ਹੈ ਨਹੀਂ ਕਿਸਾਨ ਕੀ ਹੈ ਅੱਜ ਇਹ ਕਹਿੰਦਾ ਮੈਂ ਪਾਰਟੀ ਦਾ ਪਹਿਰੇਦਾਰ ਆ ਮੈਂ ਪਾਰਟੀ ਦਾ ਵਫਾਦਾਰ ਆ ਪਾਰਟੀ ਦੇ ਕਰਕੇ ਮੈਂ ਕਹਿ ਰਿਹਾ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਕਹਿੰਦੇ ਆ ਭੁੱਲ ਜਾ ਇਹ ਤੈਨੂੰ ਵੱਡਾ ਭੁਲੇਖਾ ਏ ਕਾਨੂੰਨ ਤਾਂ ਤੇਰੇ ਅਗਲੇ ਪਿਛਲੇ ਨੂੰ ਵੀ ਰੱਦ ਕਰਨੇ ਪੈਣਗੇ ਜਿਸ ਜੋਸ਼ੀਖ ਰੋਸ਼ਨਾ ਕਿਸਾਨ ਦਿੱਲੀ ਬੈਠੇ ਨੇ ਉਹ ਕਿਸੇ ਵੀ ਹਾਲਤ ਦੇ ਵਿੱਚ ਕਾਨੂੰਨ ਰੱਦ ਹੋਣ ਤੇ ਪਿੱਛੇ ਨਹੀਂ ਹਟਣਗੇ ਤੇ ਇਸ ਕਰਕੇ ਇਹਨੂੰ ਅਸੀਂ ਚੈਲੰਜ ਕਰਦੇ ਆ ਜੇ ਅੱਕੇ ਤੋਂ ਇਹ ਜਿਹੇ ਹਰਕਤਾਂ ਕੀਤੀਆਂ ਤਾਂ ਕਿਸਾਨਾਂ ਦਾ ਗੁੱਸਾ ਜਿਹੜਾ ਬਹੁਤ ਪਰਬਲ ਹੋ ਜਾਵੇਗਾ ਇਹ ਜੀ ਕੀ ਮਤਲਬ ਕੀ ਕਿਹੜੀ ਵਜ੍ਹਾ ਹੈ ਜੀ ਜਿਹੜੇ ਹਰ ਵਾਰ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਜਾਂਦਾ ਕਿ ਅੱਤਵਾਦੀ ਬੈਠੇ ਨੇ ਭਾਵੇਂ ਕਿ ਉੱਥੇ ਸ਼ਾਂਤਾਂ ਜਿਹੜੀਆਂ ਬੇਸ਼ੁਮਾਰ ਹੋ ਚੁੱਕੀਆਂ ਨੇ ਪਰ ਅੱਤਵਾਦ ਦਾ ਨਾਮ ਹਲੇ ਵੀ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਉਦਾਹੀ ਹੀ ਇੱਕੋ ਇੱਕ ਮਨੋਰਥ ਹੈ ਬੇ ਅੱਤਵਾਦ ਦਾ ਨਕਸਲਵਾੜੀ ਦਾ ਨਾਮ ਦੇ ਕੇ ਇਹ ਭਾਜਪਾ ਦੇ ਵਿੱਚ ਆਪਣੀ ਸੀਟ ਪੱਕੀ ਕਰਨਾ ਚਾਹੁੰਦਾ ਇਹ ਚਾਹੁੰਦਾ ਕਿਸੇ ਨਾ ਕਿਸੇ ਢੰਗ ਦੇ ਨਾਲ ਮੈਂ ਇਹੋ ਜਿਹਾ ਕਿਸਾਨ ਵਿਰੋਧੀ ਬਿਆਨ ਦੇ ਕੇ ਸਿਕਿਉਰਿਟੀ ਲੈ ਕੇ ਤੇ ਮੈਂ ਕੋਈ ਨਾ ਕੋਈ ਰਾਜ ਸਭਾ ਦੀ ਜਾਂ ਕੋ ਹੋਰ శాਸੀ ਸੀਟ ਪ੍ਰਾਪਤ ਕਰ ਜਾਵਾਂ ਇਹਦਾ ਇਹੀ ਇੱਕੋ ਇੱਕ ਮਨੋਰਥ ਹੈ ਇਹਨੂੰ ਦਿਖ ਨਹੀਂ ਰਿਹਾ ਕਿ ਐਡਾ ਬੜਾ ਅੰਦੋਲਨ ਚੱਲ ਰਿਹਾ 26 ਨਵੰਬਰ ਤੋਂ ਕਿਸਾਨ ਦਿੱਲੀ ਬੈਠੇ ਨੇ 500 ਕਿਸਾਨ ਜਿਹੜਾ ਸ਼ਹੀਦ ਹੋ ਚੁੱਕਿਆ ਤੇ ਇਹ ਸ਼ਹੀਦ ਹੋਏ ਕਿਸਾਨਾਂ ਨੂੰ ਤੇ ਅੰਦੋਲਨ ਕਰ ਰਿਹਾ ਕਿਸਾਨਾਂ ਨੂੰ ਇਹਦੇ ਮੂੰਹ ਚ ਅਜੇ ਵੀ ਗੁੰਡੇ ਸ਼ਬਦ ਲਿਖ ਰਹੇ ਆ ਇਸ ਕਰਕੇ ਇਹਨੂੰ ਕਤਾਚਿਤ ਵੀ ਲੋਕ ਆ ਜਿਹੜੇ ਉਹ ਬਰੀ ਨਹੀਂ ਕਰਨਗੇ ਛੱਡਣਗੇ ਨਹੀਂ ਤੇ ਇਹਨੂੰ ਸਮਝ ਲੈਣਾ ਚਾਹੀਦਾ ਕਿੰਨੇ ਹੋਰ ਕਿਸਾਨ ਸ਼ਹੀਦ ਹੋ ਜਾਣਗੇ ਕਾਨੂੰਨ ਲਾਟ ਖੜਾ ਕੇ ਪਿੱਛੇ ਮੋੜਨਗੇ ਹਮੇਸ਼ਾ ਬਵਾਦਿਆਂ ਦੇ ਵਿੱਚ ਰਹਿੰਦੇ ਨੇ ਹਰਜੀਤ ਗਰੇਵਾਲ ਅੱਜ ਜਦੋਂ ਆਪਣੀ ਜ਼ਮੀਨ ਦੇ ਉੱਤੇ ਆ ਚਾਈ ਜਾ ਝੋਨਾ ਪੜ ਦਿੱਤਾ ਗਿਆ ਕਿ ਤਕਲੀਫ ਜਿਹੜੀ ਉਹਨਾਂ ਨੂੰ ਹੋਈ ਕਿਵੇਂ ਦੇ ਉੱਤੇ ਇਸ ਚੀਜ਼ ਨੂੰ ਖੋ ਹਰਜੀਤ ਸਿੰਘ ਗਰੇਵਾਲ ਵਿਵਾਦਤ ਬੰਦਾ ਏ ਸ਼ੁਰੂ ਤੋਂ ਜਦਾਂ ਸੰਘਰਸ਼ ਚੱਲ ਰਿਹਾ ਹੈ ਕਿਸਾਨਾਂ ਦੇ ਖਿਲਾਫ ਅਪ ਸ਼ਬਦ ਬੋਲਦਾ ਪਹਿਲਾਂ ਤਾਂ ਇਹਦੀ ਅਸੀਂ ਕਰੜੇ ਸ਼ਬਦਾਂ ਦੇ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਸਖਤ ਨਖੇਦੀ ਕਰਦੇ ਤੇ ਹਰਜੀਤ ਗਰੇਵਾਲ ਨੂੰ ਚੇਤਾਵਨੀ ਦਿੰਦੇ ਆ ਕਿ ਸਾਡੀਆਂ ਮਾਮਾਂ ਭੈਣਾਂ ਬੱਚਿਆਂ ਵਾਸਤੇ ਸਾਡੇ ਭਰਾਵਾਂ ਵਾਸਤੇ ਗੁੰਡੇ ਅਤਵਾਦੀ ਵਖਵਾਦੀ ਜਿਹੜੇ ਸ਼ਬਦ ਵਰਤਦਾ ਇਹਨੂੰ ਆਪਣੀਆਂ ਇਹਨਾਂ ਹਰਕਤਾਂ ਤੋਂ ਆਵਾਜ਼ ਆਉਣਾ ਚਾਹੀਦਾ ਅੱਜ ਜਦੋਂ ਹਰਜੀਤ ਗਰੇਵਾਲ ਨੂੰ ਆਪਣੇ ਸੇਕ ਲੱਗਿਆ ਤਾਂ ਇਹਨੂੰ ਤਖਲੀਫ ਹੋਈ ਹੈ ਤਾਂ ਅੱਜ ਕਹਿੰਦਾ ਮੈਂ ਡੀਜੀਪੀ ਨੂੰ ਕੰਪਲੀਟ ਕਰੀ ਹੈ ਮੈਂ ਮਿਤ ਸ਼ਾਹ ਨੂੰ ਕੰਪਲੀਟ ਕਰੀ ਹੈ ਮੈਂ ਮੋਦੀ ਨਾਲ ਗੱਲ ਕਰੀ ਹੈ ਕਿ ਮੇਰੇ ਕਿਸਾਨਾਂ ਨੇ ਧੰਨਵਾਦ ਦਿੱਤੇ ਹੈ ਅੱਜ ਇਹਨੂੰ ਤਖਲੀਫ ਹੋਈ ਹੈ ਪਿਛਲੇ 7 ਮਹੀਨੇ ਤੋਂ ਸਾਡੇ ਕਿਸਾਨ ਭਰਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਵਾਸਤੇ ਉਹਦੀ ਇਹਨਾਂ ਨੂੰ ਕੋਈ ਤਖਲੀਫ ਨਹੀਂ ਹੋ ਰਹੀ ਅੱਜ ਜਦੋਂ ਆਪਣੇ ਸਿਰ ਤੇ ਪਈ ਹੈ ਤਾਂ ਨਾ ਬਾਏ ਕਿਸਾਨਾਂ ਨੇ ਗੁੱਸੇ ਦੇ ਵਿੱਚ ਆ ਕੇ ਤਾਂ ਇਹ ਅੱਗ ਬਬੂਲਾ ਹੋਇਆ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਿਹਾ ਏ ਕਿਤੇ ਨੇ ਕਿਤੇ ਕੀ ਲੱਗਦਾ ਜੀ ਜ਼ਮੀਨ ਨੂੰ ਮਾਂ ਵੀ ਦੱਸਿਆ ਗਿਆ ਅੱਜ ਜ਼ਮੀਨ ਨੂੰ ਮਾਂ ਦੱਸਣਾ ਮਾਂ ਯਾਦ ਆ ਗਈ ਪਰ ਜਿਹੜੇ 7 ਮਹੀਨੇ ਤੋਂ ਉੱਥੇ ਬੈਠੇ ਨੇ ਉਹਨਾਂ ਨੂੰ ਅੱਤਵਾਦ ਅੱਤਵਾਦੀ ਵੱਖਵਾਦੀ ਜਿਹੜਾ ਕਿਹਾ ਜਾ ਰਿਹਾ ਸੀ ਹਰਜੀਤ ਗਰੇਵਾਲ ਵੱਲੋਂ ਤੋ ਕੋ ਜ਼ਮੀਨ ਤਾਂ ਸਾਡੀ ਹੈ ਹੀ ਮਾਂ ਏ ਅਸੀਂ ਮਾਂ ਦੀ ਤਰ੍ਹਾਂ ਹੀ ਜ਼ਮੀਨ ਨੂੰ ਪੁੱਛਦੇ ਹਾਂ ਜ਼ਮੀਨ ਦੇ ਵਿੱਚੋਂ ਖਾਣੇ ਆ ਜ਼ਮੀਨ ਦੇ ਵਿੱਚੋਂ ਪੈਦਾ ਹੋਏ ਆ ਜ਼ਮੀਨ ਦੇ ਵਿੱਚ ਹੀ ਸਮਟਣਾ ਏ ਇਸ ਕਰਕੇ ਹਰਜੀਤ ਗਲੇ ਗਰੇਵਾਲ ਜਿਹੜਾ ਹੈਗਾ ਉਹ ਆਪਣਾ ਮਾਨਸਿਕ ਤਵਜੋ ਖੋ ਚੁਕਿਆ ਏ ਉਹਨੂੰ ਆਪਣਾ ਮਾਨਸਿਕ ਤਵਜੋ ਦਾ ਇਲਾਜ ਕਰਾਉਣਾ ਚਾਹੀਦਾ ਕਿਸੇ ਪਾਸੇ ਤੋਂ ਤਾਂ ਕਿ ਜਿਹੜੀਆਂ ਕੋਝੀਆਂ ਹਰਕਤਾਂ ਕਰ ਰਿਹਾ ਕਿਸਾਨਾਂ ਦੇ ਖਿਲਾਫ ਅਪਸ਼ਬਦ ਬੋਲ ਰਿਹਾ ਇਹਨਾਂ ਤੇ ਤੁਰੰਤ ਰੋਕ ਲਾਉਣੀ ਚਾਹੀਦੀ ਅਸੀਂ ਭਾਜਪਾ ਦੇ ਲੀਡਰਾਂ ਨੂੰ ਵੀ ਬੇਨਤੀ ਕਰਦੇ ਕਿ ਇਹਦੀ ਜ਼ੁਬਾਨ ਨੂੰ ਲਗਾਮ ਦਿੱਤੀ ਜਾਵੇ ਕਿਤੇ ਇਹ ਨਾ ਹੋਵੇ ਸਾਡਾ ਗੁੱਸਾ ਇੰਨਾ ਕਿ ਭੜਕ ਜਵੇ ਸਾਨੂੰ ਕਿਤੇ ਇਹਦੇ ਤੇ ਕੋਈ ਵੱਧ ਘਟ ਹਰਕਤ ਕਰਨੀ ਪੈ ਜਾਵੇ ਤਾਂ ਕਿ ਇਹਦਾ ਬਾਹਰ ਨਿਕਲਣਾ ਹੀ ਬੰਦ ਹੋ ਜਾਵੇ ਲਗਾਤਾਰ ਕਿਹਾ ਜਾਂਦਾ ਹਰਜੀਤ ਗਰੇਵਾਲ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਜ਼ਮੀਨ ਤੇ ਵੀ ਵਾਪਸ ਆਉਂਗਾ ਉੱਥੇ ਵੀ ਆਉਂਗਾ ਜਿੱਥੇ ਜਿਹੜੇ ਨੇ ਧਾਨ ਜਿਹੜੇ ਵਾਅਦੇ ਦਿੱਤੇ ਗਏ ਨੇ ਉਹਦੇ ਕਿਵੇਂ ਦੇਖਦੇ ਹੋ ਹਜੇ ਤਾਂ ਧਾਨ ਹੀ ਪੁੱਟੇ ਨੇ ਇਹ ਜਿਸ ਪਾਰਟੀ ਦੀਆਂ ਜਿਸ ਜਜ਼ਬੇ ਦੀਆਂ ਗੱਲਾਂ ਕਰਦਾ ਉਹ ਪੱਟਣਾ ਬਾਕੀ ਹੈ ਅਸੀਂ ਉਸ ਜਜ਼ਬੇ ਨੂੰ ਉਹਦੇ ਜਿਹੜੀ ਮਾਂ ਪਾਰਟੀ ਜਿਹਨੂੰ ਦਰਦਾ ਹੈ ਜਦੋਂ ਉਹਦੀਆਂ ਜੜ੍ਹਾਂ ਪੁੱਟਾਂਗੇ ਫਿਰ ਇਹਨੂੰ ਪਤਾ ਲੱਗੂਗਾ ਵੀ ਪੁੱਟਣਾ ਕਿਹਨੂੰ ਕਹਿੰਦੇ ਆ ਅੱਤਵਾਦੀ ਕਿਹਨੂੰ ਕਹਿੰਦੇ ਆ ਸ਼ਾਇਦ ਗਰੇਵਾਲ ਨੂੰ ਇਦੀ ਪ੍ਰਭਾਸ਼ਾ ਪਤਾ ਨਹੀਂ ਐ ਜਾਂ ਉਹ ਗਲਤ ਪਾਸੇ ਤੁਰਿਆ ਹੋਇਆ ਉਹਨੂੰ ਅਕਲ ਨਾਲ ਸਮਝਦੋ ਕੰਮ ਲੈਣਾ ਚਾਹੀਦਾ ਐਡਾ ਵੱਡਾ ਹੋ ਗਿਆ ਉਮਰ ਦੇ ਲਿਹਾਜ਼ ਨਾਲ ਸਾਤੋਂ ਕਾਫੀ ਵੱਡਾ ਐ ਅਕਲ ਇੱਕ ਪੈਸੇ ਦੀ ਅਕਲ ਨਾ ਬੋਲਣ ਦੀ ਨਾ ਵਿਚਰਨ ਦੀ ਜੇ ਐਡਾ ਜਲੇਰ ਆਦਮੀ ਹੋਇਆ ਮੈਂ ਵਿਚਰਨਾ ਮੈਂ ਕਰਨਾ ਉਹ ਕਰਨਾ ਪੰਜਾਬ ਚ ਆਉਂਦਾ ਕਾ ਤੋ ਨਹੀਂ ਝੋਨਾ ਆਪ ਹੀ ਲਾ ਦਿੰਦਾ ਫਿਰ ਆਪ ਕਦੋਂ ਕਰਦਾ ਆਪ ਗੰਧਾਰ ਕਰਦਾ ਤੇ ਝੋਨਾ ਕੋਲ ਖੜ ਕੇ ਲਵਾਉਂਦਾ ਭਈਆਂ ਤੋ ਜਿੰਨੇ ਹੀ ਦਲੇਰ ਐ ਸਿਕਿਉਰਟੀਆਂ ਲੈ ਕੇ ਇਹ ਰਾਜੇ ਬਣੀ ਫਿਰਦੇ ਆ ਔਰ ਐਡੀ ਚਮਚਾਗਰੀ ਦਾ ਜਿਹੜਾ ਮਿਆਰ ਹੈ ਉਹ ਐਡਾ ਡਿੱਗ ਗਿਆ ਵੈਸੇ ਇਨਸਾਨ ਦਾ ਆਪਣੇ ਪੰਜਾਬ ਦੇ ਨਾਲ ਪੰਜਾਬੀਅਤ ਨਾਲ ਆਪਣੇ ਕਿੱਤੇ ਨਾਲ ਧੋਖਾ ਕਰਕੇ ਮੋਦੀ ਦੀ ਚਮਚਾਗਰੀ ਚਮਚਾਗਰੀ ਦਾ ਵੀ ਕੋਈ ਮਿਆਰ ਹੁੰਦਾ ਉਹਨਾਂ ਨੂੰ ਥੱਲੇ ਗਿਰੀ ਵੀ ਚਮਚਾਗਰੀ ਕਰਕੇ ਉਹ ਕੋਈ ਸੀਟ ਪ੍ਰਾਪਤ ਕਰਨਾ ਚਾਹੁੰਦਾ ਉਹ ਇਸ ਵਾਸਤੇ ਤੂੰ ਜੰਮਿਆ ਇਹ ਬੰਦੇ ਨੇ ਤਾਂ ਸ਼ਰਮ ਹੀ ਲਾਤੀ ਇਹਦੇ ਮਾਪੇ ਉਹਨੂੰ ਵੀ ਸ਼ਰਮ ਆਉਂਦੀ ਹੋਣੀ ਹੈ ਮੇਰੇ ਖਿਆਲ ਨਾਲ ਵੀ ਅਸੀਂ ਇਹੋ ਜਿਹਾ ਪੁੱਤ ਜੰਮਿਆ 7 ਮਹੀਨੇ ਤੋਂ ਤੁਹਾਡਾ ਡੜਾ ਸਮਾਂ ਹੋ ਗਿਆ ਹੈ ਆਪਾਂ ਤੁਹਾਡੇ ਤੋਂ ਇੱਕ ਗੱਲ ਜ਼ਰੂਰ ਪੁੱਛਾਂਗੇ ਬੇਸ਼ੱਕ ਹਾਸੋਣੀ ਗੱਲ ਹੈ ਵੀ ਕਿਹੋ ਜੀ ਗੱਲ ਪੱਤਰਕਾਰ ਜਿਹੜਾ ਪੁੱਛ ਰਿਹਾ ਕਿਉਂ ਬੈਠੇ ਹੋਏ ਨੇ 7 ਮਹੀਨੇ ਤੋਂ ਆਪਾਂ ਇੱਕ ਛੋਟੀ ਜਿਹੀ ਗੱਲ ਤੁਹਾਡੇ ਤੋਂ ਪੁੱਛਿਆ ਕਿਉਂ ਬੈਠੇ ਹੋਏ ਨੇ ਬਾਰਡਰ ਦੇ ਉੱਤੇ ਕਿਹੜੀ ਵਜ੍ਹਾ ਦੇਖੋ ਪੂਰਾ ਪੰਜਾਬ ਕੀ ਪੂਰਾ ਹਿੰਦੁਸਤਾਨ ਹੀ ਮਸਲੇ ਕਾਨੂੰਨਾਂ ਦਾ ਜਿਹੜੇ ਬੀਜੇਪੀ ਸਰਕਾਰ ਨੇ ਕਾਨੂੰਨ ਬਣਾਏ ਸੀ ਕਿਸਾਨਾਂ ਦੇ ਅਗੇਂਸਟ ਬਣਾਏ ਆ ਉਹ ਸਾਰੇ ਇੱਕ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਤੇ ਉਹਨਾਂ ਕਾਨੂੰਨਾਂ ਦੇ ਅਗੇਂਸਟ ਕਿਸਾਨਾਂ ਨੇ ਇੱਕ ਪ੍ਰੋਟੈਸਟ ਆਰੰਭਿਆ ਹੋਇਆ ਜਿਹਦਾ ਨਤੀਜਾ ਇਹ ਹੈ ਵੀ ਕਾਨੂੰਨਾਂ ਦੇ ਵਿੱਚ ਹੈ ਕੀ ਹੈ ਡਰ ਕਿਹੜੀ ਚੀਜ਼ ਦਾ ਹੈ ਕਾਨੂੰਨਾਂ ਦਾ ਕੀ ਹੋ ਜਾਊਗਾ ਦੇਖੋ ਤਿੰਨ ਚਾਰ ਕਲੌਜ਼ ਨੇ ਤਿੰਨ ਚਾਰ ਚੀਜ਼ਾਂ ਨੇ ਇਹੋ ਜਿਹੀਆਂ ਕਾਨੂੰਨ ਜਮੀਨਾਂ ਦਾ ਡਰ ਕੀ ਡਰ ਤੁਹਾਨੂੰ ਨਹੀਂ ਜਮੀਨਾਂ ਦਾ ਡਰ ਤਾਂ ਇਹ ਆ ਜੇ ਜਦੋਂ ਜਦੋਂ ਕਿਸੇ ਚੀਜ਼ ਨੂੰ ਹਥਿਆਣਾ ਹੁੰਦਾ ਤਾਂ ਉਹਦੇ ਵੱਖ ਵੱਖ ਵੱਖਰੇ ਤਰੀਕੇ ਅਪਣਾਏ ਜਾਂਦੇ ਆ ਤੁਸੀਂ ਆਪਣੀ ਜ਼ਮੀਨ ਦੀ ਰਾਖੀ ਦੇ ਲਈ ਤੁਹਾਡੇ ਕਹਿੰਦੇ ਮਤਲਬ ਉੱਥੇ ਬੈਠੇ ਹੋਏ ਹੋ ਵੀ ਜ਼ਮੀਨ ਬਚਾਉਣ ਲਈ ਅੱਜ ਜਦੋਂ ਜ਼ਮੀਨ ਦੀ ਗੱਲ ਆਈ ਹਰਜੀਤ ਗਰੇਵਾਲ ਦੇ ਜ਼ਮੀਨ ਦੀ ਗੱਲ ਆਈ ਤਾਂ ਅੱਗ ਬੁਲਾ ਹੋ ਗਿਆ ਅਤਵਾਦੀ ਨਕਸ਼ਲਿਟੀ ਕਹਿੰਦਾ ਕਿਵੇਂ ਦੇਖਦੇ ਹੋ ਜ਼ਮੀਨ ਦਾ ਸੇਕ ਹਰ ਇੱਕ ਇਨਸਾਨ ਨੂੰ ਲੱਗ ਰਿਹਾ ਹੈ ਕਿ ਨਹੀਂ ਲੱਗ ਰਿਹਾ ਨਹੀਂ ਕਿਤੇ ਦਾ ਤੇ ਕਿਤੇ ਦਾ ਸੇਕ ਲੱਗਦਾ ਹੀ ਹੁੰਦਾ ਸਭ ਨੂੰ ਜਿਵੇਂ ਉਹਨੂੰ ਦਰਦ ਹੋ ਰਿਹਾ ਨਾ ਆਪਣੀ ਝੋਨਾ ਪੁੱਟਣ ਦਾ ਐਵੇਂ ਹੀ ਉਹ ਜਿਹੜਾ ਜਿਹੜੇ ਢਾਬੇ ਦੇ ਮੂਹਰੇ ਇਹਨਾਂ ਨੇ ਲਾਇਆ ਉਹ ਉਹ ਵੀ ਕੋਈ ਕੀਤਾ ਕਰਦਾ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਬੋਲਣ ਲੱਗਿਆ ਵੀ ਮੈਂ 10 ਦਿਨ ਪਹਿਲਾਂ ਸਾਡੀ ਸਰਕਾਰ ਨੇ ਇਹਨਾਂ ਦੀ ਸਰਕਾਰ ਨੇ ਕੀ ਕੀਤਾ ਕੀ ਮਾੜੀ ਕਰਤੂਤ ਕੀਤੀ ਆ ਉਹ ਤਾਂ ਇਹ ਤਾਂ ਆਮ ਇਨਸਾਨ ਨੇ ਜਿਹਨਾਂ ਦਾ ਗੁੱਸਾ ਭੜਕਿਆ ਹੋਇਆ ਸਰਕਾਰ ਨੂੰ ਤਾਂ ਸਮਝ ਤੋਂ ਕੰਮ ਲੈਣਾ ਚਾਹੀਦਾ ਜੇ ਇੱਕ ਇਨਸਾਨ ਕਿਸਾਨੀ ਅੰਦੋਲਨ ਦੇ ਵਿੱਚ ਕਿਸ ਦੀ ਮਦਦ ਕਰ ਦਿਆ ਕਿਸਾਨਾਂ ਦੀ ਤਾਂ ਉਹਦਾ ਢਾਬਾ ਬੰਦ ਕਰਾ ਦੇਣਾ ਕਿਹੋ ਜੀ ਇਹਨਾਂ ਨੇ ਪ੍ਰਸ਼ਾਸਨ ਨੂੰ ਕੀ ਸਮਝਿਆ ਹੋਇਆ ਆਪਣੀ ਘਟਪੁੱਤਲੀ ਬਣਾਇਆ ਆਪਣੀ ਮਾੜੀ ਸੋਚ ਮਾੜੀ ਸੋਚ ਜਿਹੜੀ ਹੈਗੀ ਉਹ ਪ੍ਰਸ਼ਾਸਨ ਦੇ ਹੱਥ ਦੇ ਕੇ ਉਹਨਾਂ ਤੋਂ ਕੰਮ ਕਰਾਉਂਦੇ ਆ ਮਾੜਾ ਕੀ ਲੱਗਦਾ ਕਿਹੋ ਜੀ ਨੀਤੀ ਦੇ ਉੱਤੇ ਉਤਰੀ ਹੋਈ ਹੈ ਭਾਜਪਾ ਸਰਕਾਰ ਦੇਖੋ ਭਾਜਪਾ ਸਰਕਾਰ ਇਹ ਕਿਸਾਨੀ ਮਸਲੇ ਤੇ ਤੁਸੀਂ ਪੁੱਛੋ ਤਾਂ ਇਹ ਫੇਲ ਸਰਕਾਰ ਹੈ ਕਿਸਾਨਾਂ ਦਾ ਇਹਨਾਂ ਨੂੰ ਕੋਈ ਤਜਰਬਾ ਨਹੀਂਗਾ ਅੱਜ ਹਰਜੀਤ ਗਰੇਵਾਲ ਵੀ ਬੈਠਾ ਜੇ ਐਡਾ ਕਰਤੂਤ ਦਾ ਮਾਲਕ ਹੁੰਦਾ ਅੱਜ ਤੱਕ ਇਹਨੂੰ ਕੋਈ ਟਿਕਟਰ ਨਾਲ ਜਾ ਕੋਈ ਲੋਕ ਇਹਨੂੰ ਤਵੱਜੋ ਦਿੰਦੇ ਜਿੱਤ ਜਾਂਦਾ ਅੱਜ ਤੱਕ ਤਾਂ ਇਹੋ ਜੀ ਕੋਈ ਗੱਲ ਹੋਈ ਨਹੀਂ ਹੈਗੀ ਨੂੰ ਨਾ ਇਹ ਦੀ ਕਰਤੂਤ ਦਾ ਮਾਲਕ ਹੈਗਾ ਔਰ ਇਹ ਜਿਹੜੇ ਬੀਜੇਪੀ ਵਾਲੇ ਲੋਕ ਨੇ ਖੇਤੀ ਦੇ ਲਈ ਇਹਨਾਂ ਦਾ ਕੋਈ ਤਜਰਬਾ ਨਹੀਂਗਾ ਔਰ ਇਹ ਲੋਕ ਪਾਣੀ ਚ ਲਾਠੀਆਂ ਮਾਰਦੇ ਆ ਔਰ ਖੇਤੀ ਦੇ ਤਜਰਬੇ ਵਾਸਤੇ ਇਹਨਾਂ ਨੂੰ ਖੇਤੀਬਾੜੀ ਦੇ ਆਪਣੇ ਜੂਨੀਅਨਾਂ ਹੈਗੀਆਂ ਖੇਤੀਬਾੜੀ ਨਾਲ ਸੰਬੰਧਤ ਉਹਨਾਂ ਤੋਂ ਰਾਏ ਲੈਣੀ ਬਣਦੀ ਸੀ ਕਾਨੂੰਨ ਤੋਂ ਪਹਿਲਾਂ ਕਾਨੂੰਨ ਬਣਾਉਣ ਤੋਂ ਪਹਿਲਾਂ ਜਿਹੜੀ ਇਹਨਾਂ ਨੇ ਲਈ ਨਹੀਂ ਆ ਆਪਣੀ ਨਾ ਕਾਮਯਾਬੀਆਂ ਨੂੰ ਅੱਜ ਆਪਣੀ ਜਿੱਦ ਪਿੱਛੇ ਛਪਾਉਣ ਦਾ ਯਤਨ ਕਰਦੇ ਆ ਬਾਰਡਰਾਂ ਤੇ ਬੈਠੇ ਹੋਏ ਉਹ ਚਾਹਦੇ ਉਹ ਕਾਨੂੰਨ ਰੱਦ ਹੋ ਜਾਏ ਰੱਦ ਕਰਾਉਣ ਦੇ ਲਈ ਤੁਸੀਂ ਬੈਠੇ ਹੋ ਉੱਤੇ ਪਰ ਹਰਜੀਤ ਬਰ ਗਰੇਵਾਲ ਕਹਿੰਦਾ ਮੈਨੂੰ ਚਾਹੇ ਗੋਲੀ ਮਾਰ ਦਿਓ ਕਾਨੂੰਨ ਰੱਦ ਨਹੀਂ ਹੋਣੇ ਨਹੀਂ ਹਰਜੀਤ ਗਰੇਵਾਲ ਵਰਗੇ ਨੂੰ ਗੋਲੀ ਮਾਰਨ ਦੀ ਸਾਨੂੰ ਲੋੜ ਨਹੀਂ ਹੈ ਕਿਉਂਕਿ ਅਸੀਂ ਤਾਂ ਬੜੇ ਸ਼ਾਂਤੀਪੂਰਵ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਚਲਾ ਰਹੇ ਆ 7 ਮਹੀਨੇ ਤੋਂ ਬਾਅਦ ਸਮਾਂ ਦਿੱਲੀ 'ਚ ਬੈਠੇ ਨੂੰ ਹੋ ਗਿਆ 10 ਮਹੀਨੇ ਲਗਭਗ ਪੰਜਾਬ ਸਮੇਤ ਸੰਘਰਸ਼ ਚੱਲ ਰਿਹਾ ਹੈ ਇਹ ਜੇ ਮੈਂ ਸ਼ਬਦ ਬੋਲਣੇ ਨਹੀਂ ਚਾਹੁੰਦਾ ਵੀ ਇਹਨਾਂ ਨੂੰ ਗੋਲੀ ਮਾਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਨੇ ਆਪਣੀ ਸ਼ਰਮ ਨਾਲੇ ਮਰ ਜਾਣਾ ਜੋ ਪੰਜਾਬ ਦੇ ਖਿਲਾਫ ਇਹ ਸ਼ਬਦ ਬੋਲ ਰਹੇ ਆ ਲੋਕਾਂ ਦੇ ਖਿਲਾਫ ਬੋਲ ਰਹੇ ਇਹਨਾਂ ਨੂੰ ਆਪਣੀ ਸ਼ਰਮ ਦੇ ਨਾਲੇ ਮਰ ਜਾਣਾ ਚਾਹੀਦਾ ਵਫਾਦਾਰੀ ਦੀ ਮਿਸਾਲ ਕੀ ਦਿਵੋਗੇ ਪੰਜਾਬ ਦੇ ਨੇ ਹਰਜੀਤ ਗਰੇਵਾਲ ਪੰਜਾਬ ਦੇ ਨੇ ਕਿੰਨੀ ਕਿ ਵਫਾਦਾਰੀ ਜਿਹੜੀ ਪੰਜਾਬ ਦੇ ਨਾਲ ਹੋ ਰਹੀ ਜੀ ਹਰਜੀਤ ਗਰੇਵਾਲ ਹਰਜੀਤ ਗਲੇਵਾਲ ਪੰਜਾਬ ਦਾ ਹੋ ਕੇ ਜਿਹੜਾ ਪੰਜਾਬੀਆਂ ਲਈ ਨਾ ਸੋਚੇ ਇੱਕ ਸਿੱਖ ਹੋਣ ਦੇ ਨਾਤੇ ਪੰਜਾਬੀ ਸਿੱਖਾਂ ਬਾਰੇ ਨਾ ਸੋਚੇ ਇਹੋ ਜਿਹਾ ਘੱਟੀਆਂ ਬੰਦਾ ਹੋਰ ਕਿਹੜਾ ਹੋ ਸਕਦਾ ਅਸੀਂ ਤਾਂ ਲਾਉਣ ਤੋਂ ਬਾਂਦੇ ਇਹੋ ਜਿਹੇ ਬੰਦੇ ਨੂੰ ਪੰਜਾਬ 'ਚ ਜੰਮਿਆ ਹੀ ਕਿਉਂ ਐ ਕਿਤੇ ਹੋਰ ਬਾਹਰ ਜੰਮ ਜਾਂਦਾ ਤਾਕੇ ਪੰਜਾਬ ਨੂੰ ਕਲੰਕਤਾ ਨਹੀਂ ਲੱਗਦਾ ਵੀ ਪੰਜਾਬ 'ਚ ਜੰਮਿਆ ਹੋਇਆ ਇੱਕ ਕਿਸਾਨੀ ਕਹਾ ਰਿਹਾ ਸਿੱਖ ਬਣ ਕੇ ਇਹ ਕਹਿਣਾ ਚਾਹੁੰਦਾ ਵੀ ਮੈਂ ਵੀ ਕਿਸਾਨ ਐ ਤੂੰ ਕਿਤੇ ਵਾਹਰ ਹੁੰਦਾ ਤਾਂ ਘਟੋ ਘੜ ਪੰਜਾਬ ਦੇ ਲੋਕਾਂ ਦੇ ਸਿਰ ਤੇ ਇੱਕ ਕਲੰਕਤਾ ਨਹੀਂ ਹੁੰਦਾ ਵੀ ਪੰਜਾਬ 'ਚ ਵੀ ਹਰਜੀਤ ਗਰੇਵਾਰ ਵਰਗੇ ਬੋਲ ਰਹੇ ਨੇ ਸੋਇਸ ਕਰਕੇ ਇਹਨੂੰ ਤਾਂ ਇੱਥੇ ਪੈਦਾ ਹੋਣ ਦਾ ਹੱਕ ਨਹੀਂ ਸੀ ਤੇ ਜੇ ਹੋਣਾ ਹੁੰਦਾ ਉਧਰ ਹੁੰਦਾ ਇਹੋ ਜਿਹਾ ਘਟਿਆ ਇਨਸਾਨ ਪੰਜਾਬ 'ਚ ਜੰਮ ਕੇ ਸਿੱਖ ਮਤਲਬ ਸਿਰ ਤੇ ਪਗੜੀ ਬਨ ਕੇ ਉਹ ਪੰਜਾਬੀ ਸਿੱਖਾਂ ਵਿਰੁੱਧ ਬੋਲ ਰਿਹਾ ਹੋਵੇ ਉਹਨਾਂ ਨੂੰ ਅਤਵਾਦੀ ਗੁੰਡੇ ਗਾਇਕ ਰਖ ਰਿਆ ਹੋਵੇ ਤੇ ਇਹੋ ਜਿਹਾ ਘਟਿਆ ਇਨਸਾਨ ਸਾਡੀ ਜ਼ਿੰਦਗੀ ਚ ਕਦੇ ਦੇਖਣ ਤੇ ਨਾ ਆਇਆ ਨਾ ਆਵੇਗਾ ਸੋ ਇਸ ਕਰਕੇ ਇਹੋ ਜਿਹੇ ਇਨਸਾਨਾਂ ਨੂੰ ਪੰਜਾਬ ਦੇ ਲੋਕ ਇਹੋ ਜਿਹਾ ਸਬਕ ਸਿਖਾਣਗੇ ਇਹਦੇ ਪੁਰਖੇ ਵੀ ਯਾਦ ਕਰਨਗੇ ਇੱਕ ਕਿਤੇ ਨਾ ਕਿਤੇ ਇੱਕ ਗੱਲ ਤਾਂ ਜਿਹੜੀ ਮੰਦਣੀ ਬਣਦੀ ਹੈ ਕਿ ਜ਼ਮੀਨ ਦਾ ਜਦੋਂ ਜ਼ਮੀਨ ਤੇ ਵਾਰੀ ਆਈ ਜਦੋਂ ਫਸਲ ਤੇ ਵਾਰੀ ਆਈ ਤਾਂ ਸੇਕ ਤਾਂ ਹਰਜੀਤ ਗਰੇਵਾਲ ਨੂੰ ਵੀ ਲੱਗਿਆ ਜੀ ਦੇਖੋ ਇਹਨੂੰ ਸਮਝ ਲੈਣਾ ਚਾਹੀਦਾ ਅੱਜ ਇਹ ਇੱਕ ਛੋਟਾ ਜਿਹਾ ਕਿੱਲੇ ਦੋ ਕਿੱਲੇ ਵੰਨਦੇ ਇਹਨੂੰ ਸੇਖ ਲਗਿਆ ਅਡਾਨੀਆਂ-ਬਾਨੀਆਂ ਨੇ ਕਿਸਾਨਾਂ ਦੀ ਵੱਡੀ ਪੱਧਰ ਤੇ ਜ਼ਮੀਨ ਹਸਿਆ ਲੈਣੀ ਹੈ ਤਾਂ ਫਿਰ ਕਿਸਾਨਾਂ ਨੂੰ ਸੇਖ ਕਿਉਂ ਨਹੀਂ ਉਹੀ ਹੈ ਕਿ ਕਿਸਾਨਾਂ ਨੂੰ ਇਹ ਤੋਂ ਵੱਧ ਸੇਖ ਲਗਿਆ ਇਸ ਕਰਕੇ ਦਿੱਲੀ ਬੈਠੇ ਨੇ ਸਾਡੀ ਜ਼ਮੀਨ ਮੋਦੀ ਨੇ ਜਿਹੜੇ ਕਾਨੂੰਨ ਬਣਾਏ ਉਹਦੇ ਤਹਿਤ ਅਡਾਨੀਆਂ-ਬਾਨੀਆਂ ਨੇ ਖੋਕੇ ਲੈ ਜਾਣੀ ਹੈ ਇਹਦੀਆਂ ਖੇਤੇ ਵਾਇਆ ਉਹਨਾਂ ਨੇ ਸਾਡੇ ਖੇਤੇ ਹੜੱਪ ਜਾਣੇ ਐ ਸਾਡੀ ਜ਼ਮੀਨ ਹੈ ਹੜੱਪ ਜਾਣੀ ਹੈ ਤੇ ਫਿਰ ਉਹਨਾਂ ਨੂੰ ਪੰਜਾਬੀ ਕਿਸਾਨਾਂ ਨੂੰ ਦਰਦ ਨਹੀਂ ਹੋਊਗਾ ਉਹਨਾਂ ਨੂੰ ਤਕਲੀਫ ਨਹੀਂ ਹੋਗੀ ਕਿੰਨੀਆਂ ਸ਼ਹਾਦਤਾਂ ਹੋ ਗਿਆ ਨੇ ਉੱਥੇ ਬਾਰਡਰ ਦੇ ਉੱਤੇ 500 ਤੋਂ ਬਾਅਦ ਸ਼ਹਾਦਤਾਂ ਹੋ ਚੁੱਕੀਆਂ ਨੇ ਅੰਦੋਲਨ ਬਹੁਤ ਲੰਬਾ ਚੱਲਣਾ ਅੰਦੋਲਨ ਸ਼ਾਂਤਮਈ ਚੱਲਣਾ ਹੋਰ ਵੀ ਬਹੁਤ ਸਾਰੀਆਂ ਸ਼ਹਾਦਤਾਂ ਹੋਣਗੀਆਂ ਔਰ ਕਿਸਾਨ ਸ਼ਹਾਦਤਾਂ ਦੇਣ ਵਾਸਤੇ ਤਿਆਰ ਹੈ ਕਿੰਨੀਆਂ ਵੀ ਸ਼ਹਾਦਤਾਂ ਦੇਣੀਆਂ ਪੈਣ ਦੇਣਗੇ ਕਿੰਨਾ ਵੀ ਖੂਨ ਚੂਸਣਾ ਚਾਹੇ ਮੋਦੀ ਉਹ ਕਹਿੰਦੇ ਨੇ ਖੂਨ ਡੋਲਾਂਗੇ ਔਰ ਆਪਣੇ ਹੱਕ ਪ੍ਰਾਪਤ ਕਰੇ ਤੋਂ ਬਿਨਾਂ ਪਿਛੇ ਨਹੀਂ ਹਟਾਂਗੇ ਸੋ ਇਹ ਹਨ ਕਿਸਾਨ ਆਗੂ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਿਨ੍ਹਾਂ ਦੇ ਸਪਾਸੇ ਲਫ਼ਜ਼ਾਂ ਵਿੱਚ ਸਾਹ ਮੰਨਣਾ ਹੈ ਕਿ ਜਦੋਂ ਜ਼ਮੀਨ ਦੀ ਵਾਰੀ ਆਂਦੀ ਹੈ ਤਾਂ ਸੇਕ ਹਰ ਇੱਕ ਨੂੰ ਲੱਗਦਾ ਹੈ ਜਿਵੇਂ ਕਿ ਕੱਲ ਬੀਤੇ ਦਿਨੀ ਹਰਜੀਤ ਗਰੇਵਾਲ ਦਾ ਖੇਤ ਜਿਹੜਾ ਵਾਇਆ ਗਿਆ ਚੋਨਾ ਪਟਿਆ ਗਿਆ ਤੇ ਸੇਕ ਤਾਂ ਹਰਜੀਤ ਗਰੇਵਾਲ ਨੂੰ ਲੱਗਿਆ ਕੈਮਰਾਮੈਨ ਜਤਸੀ ਨਵੀਂ ਵਾਦੀ ਦੇ ਨਾਲ ਭਗਵਾਨ ਸਿੰਘ ਮਟੋਰ ਪ੍ਰੋ ਪੰਜਾਬ ਟੀਵੀ ਸ਼੍ਰੀ ਅਨੰਦਪੁਰ ਸਾਹਿਬ